ਲੈ ਵੀ ਮਿੱਤਰੋ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ। ਅੱਜ ਤੁਹਾਨੂੰ ਕਣਕ ਦਿਖਾਉਣੇ ਆ ਜਿਹੜੀ ਛਿੱਟੇ ਦੀ ਬੀਜੀ ਆ, ਰੂਟਾਵੇਟਰ ਦੀ ਪੁਰਾਣੀ ਤਕਨੀਕ ਨਾਲ ਬੀਜੀ ਸੀ ਅਤੇ ਲਗਭਗ ਇਹਨੂੰ 9-10 ਦਿਨ ਹੋ ਗਏ ਅਤੇ ਸਾਰੀ ਕਣਕ ਨਿਕਲ ਆਈ, ਹਰੇ ਬਾਈ ਪੂਰੀ ਮਾਰਨ ਲੱਗ ਗਈ। ਆਹ ਦੇਖੋ ਫਿਰ ਕਣਕ ਆ ਜਿਹੜੀ ਤਕਰੀਬਨ ਬਾਈ ਸਾਰੀ ਨਿਕਲ ਚੁੱਕੀ ਆ ਅਤੇ ਕੱਲ੍ਹ ਪਰਸੋਂ ਤੱਕ ਇਹਨੇ ਪੂਰੀ ਹਰਿਆਲੀ ਮਾਰਨ ਲੱਗ ਜਾਣੀ ਆ ਖੇਤ ਦੇ ਵਿੱਚ। 3-3, 2.5-2.5 ਇੰਚ ਦੀ ਕਣਕ ਆ ਜਿਹੜੀ ਉਹ ਹੋ ਚੁੱਕੀ ਆ ਸਾਰੇ ਖੇਤ ਦੇ ਵਿੱਚ। ਅਤੇ ਵੱਟਾਂ ਮੇਰੇ ਜ਼ਿਆਦੀਆਂ ਪਾਓਗੇ ਤਾਂ ਫਾਇਦਾ ਹੈ ਨਾ, ਵੱਟਾਂ ਦੇ ਨਾਲ ਕਦੇ ਵੀ ਫਸਲ ਨਹੀਂ ਘੱਟਦੀ ਹੁੰਦੀ, ਇਹ ਗੱਲ ਨੋਟ ਕਰ ਲਿਓ ਵੀ ਜਿੰਨੀਆਂ ਜ਼ਿਆਦਾ ਵੱਟਾਂ ਪਾਓਗੇ ਓਨਾ ਹੀ ਫਾਇਦਾ। ਫਾਇਦੇ ਤੋਂ ਭਾਵ ਵੀ ਜਦੋਂ ਆਪਾਂ ਪਾਣੀ ਲਾਉਂਦੇ ਹਾਂ, ਜਦੋਂ ਕਈ ਵਾਰੀ ਜ਼ਿਆਦਾ ਪਾਣੀ ਭਰ ਜਾਂਦਾ ਜੇ ਬਾਈ ਚਾਂਸ ਲਾਈਟ ਚਲੀ ਗਈ ਹੈ ਨਾ, ਜਾਂ ਨਹਿਰੀ ਪਾਣੀ ਲਾ ਲਓ, ਤੁਹਾਨੂੰ ਦੁਬਾਰਾ ਫਿਰ ਉਸੇ ਕਿਆਰੇ 'ਚੋਂ ਜਾਣਾ ਪੈਂਦਾ ਪਾਣੀ ਨੂੰ, ਹੈ ਨਾ, ਤਾਂ ਉਹਦੇ ਨਾਲ ਕਣਕ ਪੀਲੀ ਪੈ ਜਾਂਦੀ ਆ ਜਦੋਂ ਜ਼ਿਆਦਾ ਪਾਣੀ ਪੈ ਜਾਂਦਾ। ਫਿਰ ਆਪਾਂ ਸਲਫਰ ਪਾਉਂਦੇ ਫਿਰਦੇ ਹਾਂ, ਹੋਰ ਲਟਰਮ ਪਟਰਮ ਪਾਉਂਦੇ ਫਿਰਦੇ ਹਾਂ, ਉਹਦੇ ਬਜਾਏ ਕਿਆਰੇ ਰੱਖੋ ਛੋਟੇ ਵੱਟਾਂ ਦੇ ਨਾਲ, ਜਿਵੇਂ ਕਿੱਲੇ ਦੇ ਵਿੱਚ 3 ਵੱਟਾਂ ਪਾ ਦਿਓ, ਬਹੁਤ ਨੇ ਹੈ ਨਾ। ਕਈ ਆਪਾਂ ਕਹਿੰਦੇ ਹਾਂ ਵੀ ਕੰਪਿਊਟਰ ਲੱਗਿਆ ਹੋਇਆ ਬਈ ਲੋੜ ਹੀ ਨਹੀਂ ਵੱਟਦੀ, ਉਹਦਾ ਨੁਕਸਾਨ ਹੀ ਆ ਕੁੱਲ ਮਿਲਾ ਕੇ। ਅਤੇ ਇਹ ਰੂਟਾਵੇਟਰ ਨਾਲ ਬੀਜੀ ਸੀ ਕਣਕ, ਕੁਛ ਕੁ ਕਣਕ ਆਪਾਂ ਸੁਪਰ ਸੀਡਰ ਨਾਲ ਬੀਜ ਰਹੇ ਹਾਂ, ਕੁਛ ਕੁ ਵਾਹ ਕੇ ਬੀਜਾਂਗੇ, ਉਹ ਰੌਣੀ ਕੀਤੀ ਹੋਈ ਆ ਹੈ ਨਾ। ਅਲੱਗ ਅਲੱਗ ਮੈਥਡਾਂ ਨਾਲ, ਅਲੱਗ ਅਲੱਗ ਤਰੀਕਿਆਂ ਦੇ ਨਾਲ ਕਣਕ ਆ ਜਿਹੜੀ ਉਹ ਬਿਜਾਈ ਕੀਤੀ ਆ, ਜਿਵੇਂ ਹਮੇਸ਼ਾ ਕਰਦੇ ਹਾਂ, ਜਿਵੇਂ ਸੂਤ ਲੱਗਦਾ ਉਵੇਂ ਕਰ ਦਿੰਦੇ ਹਾਂ। 7-8 ਕਿੱਲੇ ਬੀਜ ਤੇ ਵੀਰੇ, ਅਤੇ 9-10 ਕਿੱਲੇ ਹਜੇ ਪਏ ਨੇ, ਉਹ ਜਦੋਂ ਬੀਜਾਂਗੇ ਉਹ ਤੁਹਾਨੂੰ ਉਹਦੀ ਵੀ ਦੱਸ ਦਾਂਗੇ ਕਿਹੜੇ ਮੈਥਡ ਨਾਲ ਕੀਤੀ ਆ। ਉੱਤੇ PI ਦੀ ਸਪਰੇ ਕਰਵਾਤੀ ਵੀਰੇ, ਅਵਕੀਰਾ ਹਰਾਸ਼ਮੈਂਟ ਉਹਨਾਂ ਨੇ ਬਹੁਤ ਕਰੀ ਆ, 2-3 ਕਿੱਲੇ ਤਾਂ ਰਹਿ ਹੀ ਗਏ ਹੈ ਨਾ, ਪਰ ਹੁਣ ਹੈੱਡ ਨਾਲ ਗੱਲ ਹੋਈ ਆ, ਉਹਨਾਂ ਨੇ ਮਸ਼ੀਨ ਭੇਜੀ ਆ, ਹੋਪ ਸੋ ਹੋ ਜੇ ਹੈ ਨਾ। ਅਤੇ ਝਾੜ ਵੀਰੇ 17-18 ਦਾ ਰਿਹਾ ਹੈ ਕਿ ਬਹੁਤ ਘੱਟ, ਮੇਰੇ ਸਾਰੀ ਲੰਮੀ ਪੈ ਗਈ, ਡਿੱਗ ਗਈ ਸੀਗੀ, ਝੱਖੜ ਆਇਆ ਸੀਗਾ ਉਹਨੇ ਡੇਗਤੀ ਸੀ ਅਤੇ ਦਾਣੇ ਮਰ ਗਏ, ਥੋਥ ਬਹੁਤ ਨਿਕਲੀ ਆ। ਐਸਟੀਮੇਟ ਦੱਸਾਂ ਤਾਂ 3150 ਰੁਪਏ ਉਹਦਾ ਰੇਟ ਲਿਆ, ਚੰਤੀ ਦਿੱਤੀ ਆ, ਕਿਸੇ ਨੇ ਮੂੰਹ ਨਹੀਂ ਕੀਤਾ, ਕੁਆਲਿਟੀ ਨਹੀਂ ਬਣੀ ਕਿਉਂਕਿ ਫਸਲ ਡਿੱਗ ਗਈ, ਠੀਕ ਹੈ। 3150 ਰੁਪਏ ਰੇਟ ਲੱਗਿਆ ਅਤੇ ਮੈਨੂੰ ਲੱਗਦਾ 4 ਕਿੱਲਿਆਂ ਦੇ ਵਿੱਚੋਂ ਹਜੇ ਤੋਲ ਲੱਗੀ ਜਾਂਦਾ। ਸਰਦਾਰ ਦਾ ਫੋਨ ਆਇਆ ਸੀਗਾ, 184-185 ਗੱਟੇ ਹਜੇ ਹੋਏ ਸੀ ਹੈ ਨਾ, 10-5 ਹੋਰ ਹੋ ਜਾਣਗੇ, ਤਾਂ 50,000 ਤਾਂ ਥੱਲੇ ਥੱਲੇ ਨਿਕਲੀ ਆ ਭਰਾਵਾ, ਸਿੱਧੀ ਜਿਹੀ ਗੱਲ ਆ ਮੇਰੀ ਦਾ ਬਾਸਮਤੀ, ਐਵੇਂ ਝੂਠ ਮਾਰੀ ਜਾਵਾਂ ਤਾਂ ਦੁਨੀਆ ਮਾਰੀ ਜਾਵੇ, ਵਾਧੂ ਵੀ ਬਥੇਰੇ ਨਿਕਲਦੀ ਆ, ਪਰ ਡਿੱਗ ਗਈ, ਡਿੱਗੇ ਅਤੇ ਮਰੇ ਬੰਦੇ ਦਾ ਕੋਈ ਹੱਲ ਨਹੀਂ ਹੁੰਦਾ ਜਿਵੇਂ ਆਪਾਂ ਕਹਿ ਦਿੰਦੇ ਹਾਂ, ਠੀਕ ਹੈ। 50,000 ਦੀ ਲਗਭਗ ਕਿੱਲਾ ਪਿਆ, 4 ਕਿੱਲੇ ਸੀ, ਝੋਨਾ ਸੁੱਖ ਨਾਲ ਬਹੁਤ ਨਿਕਲ ਗਿਆ ਭਰਾਵਾ, 70 ਮਨ ਦਾ ਦੜਾ ਪੈ ਗਿਆ, ਮੇਰੇ ਲਈ ਬਹੁਤ ਆ, ਜਿੰਨਾ ਦਿੱਤਾ ਮਾਲਕ ਨੇ ਉਹ ਚੱਜ ਦੇ ਕੰਮ ਲੱਗ ਜੇ ਬਸ, ਠੀਕ ਹੈ ਜੀ। ਬਾਕੀ ਕਣਕ ਹੈ ਜਿਹੜੀ ਆਪਾਂ 826 ਅਤੇ 327 ਮਿਕਸ ਕਰਕੇ ਵੀ ਬੀਜ ਰਹੇ ਹਾਂ, 826 ਇਕੱਲੀ ਵੀ ਬੀਜ ਰਹੇ ਹਾਂ, 327 ਵੀ ਬੀਜ ਰਹੇ ਹਾਂ ਇਕੱਲੀ, ਘਰ ਦਾ ਬੀਜ ਸੀ ਭਾਈ, 327 ਦੇ 2-3 ਗੱਟੇ ਲੈ ਕੇ ਆਇਆ, ਬਾਕੀ ਹੈਗਾ ਸੀਗਾ, ਬਾਕੀ 187 ਅਤੇ 222 ਰਲਾ ਕੇ ਹੋਏ ਉਹ ਬੀਜ ਰਹੇ ਹਾਂ। ਤੁਸੀਂ ਕਮੈਂਟ ਜ਼ਰੂਰ ਕਰਿਓ ਕਿਹੜੀ ਕਣਕ ਬੀਜ ਰਹੇ ਹੋ, ਕੀ ਹਿਸਾਬ ਕਿਤਾਬ ਆ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਰੇ, ਹੋਰ ਡੇਲੀ ਦੀਆਂ ਵੀਡੀਓ ਆਪਾਂ ਪਾਉਂਦੇ ਰਹਾਂਗੇ।